ਪੰਜ ਤੋਂ 7 ਲੱਖ ਦੇ ਕਰੀਬ ਟਰੈਕਟਰ ਜਥੇਬੰਦੀਆਂ ਨੂੰ ਕੀ ਹੋਇਆ ਪੇ ਉੱਥੇ ਪਹੁੰਚਣ ਤੇ ਅੱਜ ਉਹ ਸਾਡੇ ਤੋਂ ਪੱਲਾ ਛਡਾ ਰਹੇ ਤੇ ਦੀਪ ਸਿੱਧੂ ਵੀ ਸੀ ਦੀਪ ਸਿੱਧੂ ਵੀ ਇਹ ਲੱਖਾਂ ਸਦਾਣਾ ਜਾਂ ਦੀਪ ਸਿੱਧੂ ਆਪਣੇ ਹੱਥਾਂ ਇਹ ਲਾਲ ਕਿਲੇ ਦੇ ਅੰਦਰ ਜਾ ਕੇ ਰਹੋ ਕੇ ਉਥੇ ਕਿਸਾਨੀ ਦਾ ਝੰਡਾ ਵੀ ਲਹਿਰਾਇਆ ਤੇ ਨਿਸ਼ਾਨ ਸਾਹਿਬ ਵੀ ਚੁਲਾਇਆ ਗਿਆ ਤੇ ਇਹ ਕਿਸੇ ਇੱਕ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੀ ਵੀ ਰੋ ਸੱਤ ਵਾਲੇ ਤੇ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ 26 ਜਨਵਰੀ ਤੁਹਾਨੂੰ ਪਤਾ ਹੀ ਹੈ ਵੇ ਲਾਲ ਕਿਲੇ ਦੇ ਵਿੱਚ ਕਿਸਾਨਾਂ ਵੱਲੋਂ ਜੋ ਵੀ ਉੱਥੇ ਕੀਤਾ ਗਿਆ ਝੰਡਾ ਲਹਿਰਾਇਆ ਗਿਆ ਤੇ ਉਸ ਘਟਨਾ ਦਾ ਅਖੀ ਡਿਠਾ ਹਾਲ ਦੱਸਣ ਦੇ ਨਾਲ ਅੱਜ ਸਾਡੇ ਨਾਲ ਜੁੜੇ ਨੇ ਗਾੜ ਸ਼ੰਕਰ ਤੋਂ ਸਰਦਾਰ ਭਗੇਲ ਸਿੰਘ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸਾਨੂੰ ਦੱਸਿਓ ਵੀ ਜਿਸ ਤਰ੍ਹਾਂ 26 ਜਨਵਰੀ ਉੱਥੇ लाल किले ਉਪਰ ਝੰਡਾ ਲਹਿਰਾਇਆ ਗਿਆ ਤੇ ਉਸ ਝੰਡੇ ਦੇ ਮਤਲਬ ਤੁਸੀਂ ਉੱਥੇ ਮੌਜੂਦ ਸੀਗੇ ਹਾਂਜੀ ਅਸੀਂ ਉੱਥੇ ਮੌਜੂਦ ਸੀ ਮੈਂ ਤੇ ਨੌਜਵਾਨਾਂ ਨੂੰ ਬੜਾ ਉਤਸ਼ਾਹ ਸੀ ਕਿ ਅਸੀਂ ਲਾਲ ਕਿਲੇ ਤੱਕ ਪਹੁੰਚਣਾ ਆ ਜਿੱਦਾਂ ਸਾਡੇ ਜਥੇਬੰਦੀਆਂ ਨੇ ਤਕਰੀਬਨ ਅੱਜ ਤੋਂ 10 10 15 ਦਿਨ ਪਹਿਲਾਂ ਦਾ ਹੀ ਇਹ ਐਲਾਨ ਕੀਤਾ ਸੀ ਕਿ 26 ਤਰੀਕ ਨੂੰ ਵੱਧ ਚੜ ਕੇ ਦਿੱਲੀ ਪਹੁੰਚੋ ਤੇ ਅਸੀਂ ਲਾਲ ਕਿਲੇ ਤੇ ਤੱਕ ਪਹੁੰਚਣਾ ਮਾਰਚ ਕਰਦੇ ਆ ਨਾ ਨੌਜਵਾਨਾਂ ਚ ਬੜਾ ਉਤਸ਼ਾਹ ਸੀ तकरीबन 5 ਤੋਂ 7 ਲੱਖ ਦੇ ਕਰੀਬ ਟਰੈਕਟਰ ਪੰਜਾਬ ਹਰਿਆਣਾ ਜੁਪੀ ਬਾਕੀ ਸਟੇਟਾਂ ਤੋਂ ਉੱਥੇ ਪਹੁੰਚੇ ਹੋਏ ਸਨ ਤੇ ਨੌਜਵਾਨਾਂ ਦੇ ਮਨ ਚ ਇਹੀ ਸੀ तकरीबन ਪਹਿਲੇ ਦਿਨ ਵੀ ਇਹ ਰੋਲਾ ਪਿਆ ਸਟੇਜ ਤੇ ਰਾਤ ਨੂੰ ਨੌਜਵਾਨ ਸਟੇਜ ਤੇ ਇਕੱਠੇ ਵੀ ਹੋਏ ਪਏ ਅਸੀਂ ਲਾਲ ਕਿਲੇ ਤੱਕ ਮਾਰਚ ਕਰਨਾ ਆ ਪਰ ਕਿਸਾਨ ਜਥੇਬੰਦੀਆਂ ਦਾ ਫੈਸਲਾ ਕੁਝ ਹੋਰ ਸੀ ਪੇ ਸਾਨੂੰ ਰੋਡ ਹੋਰ ਰੋਡ ਮੇਰੇ ਆ ਮਿਲਿਆ ਆ ਪਏ ਅਸੀਂ ਉਸ ਰੋਡ ਤੇ ਨਹੀਂ ਜਾਣਾ ਪਰ ਜਦੋਂ ਮਾਰਚ ਸ਼ੁਰੂ ਹੋਇਆ ਤਕਰੀਬਨ ਜਿਹੜੀਆਂ ਜਥੇਬੰਦੀਆਂ ਜਦੋਂ ਮਾਰਚ ਸ਼ੁਰੂ ਕੀਤਾ ਇਹਦੇ ਵਿੱਚੋਂ ਨਿਕਲ ਕੇ ਨੌਜਵਾਨ ਆਪ ਮਹਾਰੇ ਅੱਗੇ ਜਾਣ ਲੱਗੇ ਤੇ ਜਿਹੜੀਆਂ ਜਥੇਬੰਦੀਆਂ ਸੀਆਂ ਇਹ ਤਕਰੀਬਨ ਜਿਹੜਾ ਗੁਰਦੁਆਰਾ ਸਾਹਿਬ ਤੋਂ ਹੀ ਜਿਹੜਾ ਰੱਖਿਆ ਗਿਆ ਸੀ ਨਾ ਵੀ ਉੱਥੋਂ ਮੁੜਨਾ ਜਥੇਬੰਦੀਆਂ ਉੱਥੋਂ ਵਾਪਸ ਆਣ ਲੱ ਪਈਆਂ ਤੇ ਬਾਕੀ ਜਿੰਨੇ ਵੀ ਨੌਜਵਾਨ ਸੀ ਜਾਂ ਜਿੰਨੇ ਵੀ ਚੜ੍ਹਦੀ ਕਲਾ ਵਾਲੇ ਕਿਸਾਨ ਸੀ ਉਹ ਲਾਲ ਕਿਲੇ ਤੱਕ ਪਹੁੰਚੇ ਆ ਆਪ ਮਹਾਰੇ ਪਹੁੰਚੇ ਆ ਤੇ ਉੱਥੇ ਲਾਲ ਕਿਲੇ ਦੇ ਅੰਦਰ ਐਂਟਰ ਹੋਣ ਤੋਂ ਨਾ ਕਿਸੇ ਸੀਆਰਪੀ ਨਾ ਨਾ ਦਿੱਲੀ ਪੁਲਿਸ ਨਾ ਕਿਸੇ ਨੇ ਨਹੀਂ ਰੋਕਿਆ ਸਿੱਧੇ ਹੀ ਨੌਜਵਾਨ ਲਾਲ ਕਿਲੇ ਦੇ ਅੰਦਰ ਗਏ ਆ ਤੇ ਲਾਲ ਕਿਲੇ ਦੇ ਅੰਦਰ ਜਾ ਕੇ ਐਂਟਰ ਹੋ ਕੇ ਉੱਥੇ ਕਿਸਾਨੀ ਦਾ ਝੰਡਾ ਵੀ ਲਹਿਰਾਇਆ ਤੇ ਨਿਸ਼ਾਨ ਸਾਹਿਬ ਵੀ ਚਲਾਇਆ ਗਿਆ ਆ ਤੇ ਇਹ ਕਿਸੇ ਇੱਕ ਆਦਮੀ ਦਾ ਜਾਂ ਇੱਕ ਬੰਦੇ ਦਾ ਇੱਕ ਕਿਸਾਨ ਦਾ ਕੰਮ ਨਹੀਂ ਵੀ ਉੱਥੇ ਝੰਡਾ ਲਹਿਰਾਉਣਾ ਜਾਂ ਚਲਾਉਣਾ ਇਹ ਬਹੁਤ ਸਾਰੀ ਇੱਕ ਟੀਮ ਵਰਕ ਹੋਇਆ तकरीबन ਸਾਰੇ ਹੀ ਨੌਜਵਾਨਾਂ ਨੇ तकरीबन 50 ਤੋਂ 60 ਦੇ ਕਰੀਬ ਕਿਸਾਨੀ ਦੇ ਝੰਡੇ ਤੇ ਨਿਸ਼ਾਨ ਸਾਹਿਬ ਚੁਲਾਏ ਗਏ ਆ ਤੇ ਜਿਹੜਾ ਪਾਈਪ ਤੇ ਚੜ ਕੇ ਨੌਜਵਾਨਾਂ ਝੰਡਾ ਲਹਿਰਾਇਆ ਉਹ ਪਾਈਪ ਤੇ ਪਹਿਲਾਂ ਇੱਕ ਨੌਜਵਾਨ ਚੜ੍ਹਿਆ ਫਿਰ ਦੂਜਾ ਚੜ੍ਹਿਆ ਤੇ ਤੀਜਾ ਨੌਜਵਾਨ ਕਾਮਯਾਬ ਹੋ ਗਿਆ ਉਹਨੇ ਉੱਪਰ ਝੰਡਾ ਲਹਿਰਾਇਆ ਤੇ ਮੈਂ ਇਹੀ ਕਹਿਣਾ ਚਾਹਨਾ ਪਏ ਜੇ ਇੱਕ ਕਿਸਾਨ ਜਥੇਬੰਦੀਆਂ ਰਲ ਮਿਲ ਕੇ ਲਾਲ ਕਿਲੇ ਤੱਕ ਜਿੱਦਾਂ ਅਸੀਂ ਅੱਜ ਤੋਂ 10 ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਜਿਦਾ ਰਾਜੇਵਾਲ ਸਾਹਿਬ ਨੇ ਕਿਹਾ ਸੀ ਵੀ ਅਸੀਂ ਲਾਲ ਕਿਲੇ ਤੱਕ ਪਰੇਟ ਕਰਨੀ ਆ ਜੇ ਸਾਰੇ ਰਲ ਮਿਲ ਕੇ ਲਾਲ ਕਿਲੇ ਤੱਕ ਪਰੇਟ ਕਰਦੇ ਉੱਥੇ ਇੱਕ ਦਿਨ ਲਈ ਬਹਿ ਜਾਂਦੇ ਉਹ ਦਿਨ ਦੂਰ ਨਹੀਂ ਸੀ ਵੀ ਸਾਡੀ ਮੋਦੀ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਝੁਕਣਾ ਪੈ ਜਾਣਾ ਸੀ ਜੇ ਅਸੀਂ ਇੱਕ ਦਿਨ ਲਈ ਵੀ ਉਸ ਥਾਂ ਤੇ ਜਾ ਕੇ ਲਾਲ ਕਿਲੇ ਦੀ ਜਿਹੜੀ ਗਰਾਊਂਡ ਉੱਥੇ ਬਹਿ ਜਾਂਦੇ ਪਰ ਇਹ ਇਹ ਸਾਡੇ ਮੈਂ ਇਹੀ ਕਹੂੰਗਾ ਵੀ ਜਿਹੜੀਆਂ ਸਾਡੀਆਂ ਜਥੇਬੰਦੀਆਂ ਆ ਇਹ ਪਤਾ ਨਹੀਂ ਇਹ ਸਰਕਾਰ ਤੋਂ ਡਰ ਰਹੀਆਂ ਕਿ ਕੀ ਕਾਰਨੋਂ ਆ ਵੀ ਇਹ ਇਨੀ ਨੌਜਵਾਨਾਂ ਦਾ ਨੌਜਵਾਨ ਕਿਸਾਨਾਂ ਦਾ ਸਹਯੋਗ ਨਹੀਂ ਦਿੱਤਾ ਹੁਣ ਵੀ ਪਿੱਛੇ ਭੱਜ ਰਹੇ ਆ ਵੀ ਉਹ ਨੌਜਵਾਨ ਸਾਡੇ ਨਹੀਂ ਸੀ ਤਕਰੀਬਨ ਲੱਖ ਤੋਂ ਲੱਖ ਦੇ ਕਰੀਬ ਨੌਜਵਾਨ ਉੱਥੇ ਪਹੁੰਚਿਆ ਤਕਰੀਬਨ ਟਰੈਕਟਰ ਵੀ 20 ਤੋਂ 25 ਹਜ਼ਾਰ ਦੇ ਕਰੀਬ ਲਾਲ ਕਿਲੇ ਤੇ ਪਹੁੰਚਿਆ ਨਹੰਗ ਜਥੇਬੰਦੀਆਂ ਵੀ ਪਹੁੰਚੀਆਂ ਨਹੰਗ ਜਥੇਬੰਦੀਆਂ ਨੇ ਵਿਚੰਡਾ ਲਹਿਰਾਇਆ ਨਹੰਗ ਜਥੇਬੰਦੀਆਂ ਜਦੋਂ ਪਹਿਲਾ ਪਹਿਲਾ ਝੰਡਾ ਲਹਿਰਾਇਆ ਗਿਆ ਜਦੋਂ ਅਸੀਂ ਝੰਡਾ ਲਹਿਰਾਣ ਦੇ ਵਿੱਚ ਅਸੀਂ ਨਾਲੇ ਸੀ ਨੌਜਵਾਨਾਂ ਦੇ ਨੌਜਵਾਨਾਂ ਨੂੰ ਚੜੜ ਰਏ ਸੀ ਝੰਡਾ ਲਹਿਰਾਉਣ ਲਈ ਤੇ ਬਾਰ ਬਾਰ ਨੌਜਵਾਨ ਚੜਦੇ ਸੀ ਨਹੀਂ ਚੜਿਆ ਜਾਂਦਾ ਸੀ ਚਲੋ سپورਟ ਲਾਈਸ ਕੀਤੀ سپورਟ ਕਰਕੇ ਨੌਜਵਾਨ ਨੂੰ ਉੱਪਰ ਚੜੜ ਕੇ ਝੰਡਾ ਹਲਾਲ ਲਹਿਰਾਇਆ ਗਿਆ ਤੇ ਕਿਸਾਨੀ ਦਾ ਝੰਡਾ ਵੀ ਲਹਿਰਾਇਆ ਗਿਆ ਤੇ ਨਿਸ਼ਾਨ ਸਾਹਿਬ ਵੀ ਲਹਿਰਾਇਆ ਗਿਆ ਤੇ ਬਾਕੀ ਇਹ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਤੇ ਸਰਕਾਰ ਵੀ ਕਹਿ ਰਹੀ ਹੈ ਏਜੰਸੀਆਂ ਕਹਿ ਰਹੀਆਂ ਵੀ ਕਿਸੇ ਬਾਹਰਲੇ ਦੇਸ਼ ਤੋਂ ਕਿਸੇ ਦਾ ਇਹ ਹੱਥਵਾ ਝੰਡਾ ਲਹਿਰਾਉਣ ਚ ਸਾਡੇ ਜਿੰਨੇ ਵੀ ਨੌਜਵਾਨ ਸੀ ਕਿਸੇ ਦਾ ਵੀ ਕਿਸੇ ਬਾਹਰਲੀ ਕਿਸੇ ਵੀ ਸੰਸਥਾ ਦੇ ਨਾਲ ਜਾਂ ਕਿਸੇ ਵੀ ਜੁੜੀ ਇਦਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਆ ਜਾਂ 2020 ਇਹਦਾ ਨਾਲ ਕਿਸੇ ਦਾ ਵੀ ਕੋਈ ਸਬੰਧ ਨਹੀਂ ਹੈ ਸਿਰਫ ਨੌਜਵਾਨਾਂ ਦੇ ਵਿੱਚ ਇਹ ਰੋਸ ਸੀ ਪਏ ਇਹ ਜਿਹੜੇ ਸਾਡੇ ਕਿਸਾਨ ਜਥੇਬੰਦੀਆਂ ਆ ਪੇ ਸਾਡਾ ਸਾਥ ਨਹੀਂ ਦਿੱਤਾ ਇਸ ਰੋਸ ਦੇ ਬਾਝੋਂ ਨੌਜਵਾਨ ਆਪੇ ਆਪ ਮਹਾਰੇ ਹੋ ਕੇ ਉੱਥੇ ਪਹੁੰਚ ਗਏ ਆ ਤੇ ਲਾਲ ਕਿਲੇ ਤੇ ਝੰਡਾ ਕੇਸਰੀ ਝੰਡਾ ਵੀ ਤੇ ਕਿਸਾਨੀ ਦਾ ਝੰਡਾ ਵੀ ਲਹਿਰਾਇਆ ਗਿਆ ਆ ਬਗੇਲ ਸਿੰਘ ਜੀ ਮੀਡੀਆ ਦੇ ਵਿੱਚ ਇਹ ਗੱਲਾਂ ਆ ਰਹੀਆਂ ਵੀ ਤਿਰੰਗੇ ਦਾ ਅਪਮਾਨ ਕੀਤਾ ਗਿਆ ਬੇ ਮਤਲਬ ਜਿੱਥੇ ਤੁਸੀਂ ਸ਼ਾਨਸਾਬ ਲਗਾਇਆ ਜਾਂ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲਗਾਇਆ ਤੇ ਉਸ ਉੱਥੇ ਪਹਿਲਾਂ ਤਿਰੰਗਾ ਲੱਗਿਆ ਸੀਗਾ ਦੇਖੋ ਤਿਰੰਗਾ ਸਾਡੇ ਦੇਸ਼ ਦਾ ਝੰਡਾ ਹੈ ਰਾਸ਼ਟਰੀ ਝੰਡਾ ਆ ਅਸੀਂ ਇਹਦਾ ਸਤਿਕਾਰ ਕਰਦੇ ਆ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਆ ਦੇਖੋ ਅਸੀਂ ਕਿਸੇ ਨੇ ਵੀ ਮੈਂ ਇਕੱਲੇ ਨਾ ਨਹੀਂ ਕਿਸੇ ਨੇ ਵੀ ਰਾਸ਼ਟਰੀ ਝੰਡੇ ਦਾ ਅਪਮਾਨ ਨਹੀਂ ਕੀਤਾ ਜਿੱਥੇ ਰਾਸ਼ਟਰੀ ਝੰਡਾ ਚੜ੍ਹਿਆ ਸੀ ਉੱਥੇ ਹੀ ਚੜ੍ਹਿਆ ਰਿਹਾ ਕਿਸੇ ਨੇ ਕੋਈ ਹੱਥ ਟੱਚ ਤੱਕ ਨਹੀਂ ਕੀਤਾ ਵੱਖ-ਵੱਖ ਥਾਂਾਂ ਤੇ ਗੁੰਮਤਾਂ ਤੇ ਕੇਸਰੀ ਝੰਡਾ ਜਾਂ ਕਿਸਾਨੀ ਦਾ ਝੰਡਾ ਚਲਾਇਆ ਗਿਆ ਤੇ ਰਾਸ਼ਟਰੀ ਝੰਡੇ ਨੂੰ ਕੋਈ ਵੀ ਅਪਮਾਨਤ ਨਹੀਂ ਕੀਤਾ ਗਿਆ ਇਹ ਸਿਰਫ ਜਿਹੜੀਆਂ ਇਹ ਗੋਦੀ মিডিਆ ਉਹਦੀਆਂ ਚਾਲਾਂ ਆ ਕਿ ਕਿਸਾਨਾਂ ਨੇ ਨੌਜਵਾਨਾਂ ਨੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਦੇਖੋ ਅਸੀਂ ਵੀ ਇਸ ਦੇਸ਼ ਦੇ ਵਸਨੀਕ ਆ ਸਾਨੂੰ ਨਹੀਂ ਪਤਾ ਕਿ ਸਾਡਾ ਰਾਸ਼ਟਰੀ ਝੰਡਾ ਅਸੀਂ ਆਪਣੇ ਰਾਸ਼ਟਰੀ ਝੰਡੇ ਦਾ ਅਪਮਾਨ ਕਿੱਦਾਂ ਕਰ ਸਕਦੇ ਆ ਇਹ ਸਰਾ ਸਾਰੇ ਗੱਲ ਜਿਹੜੀ ਗਲਤ ਝੂਠੀ ਗੱਲ ਹੈ ਸਾਰੀ ਤੇ ਇੱਕ ਹੋਰ ਗੱਲ ਦੱਸਿਓ ਵੀ ਤੁਸੀਂ ਇਸ ਸੰਘਰਸ਼ ਦੇ ਨਾਲ ਕਿੰਨੇ ਚਿਰ ਤੋਂ ਜੁੜੇ ਹੋਏ ਆ ਤਕਰੀਬਨ ਜਦੋਂ ਦਾ ਸੰਘਰਸ਼ ਸ਼ੁਰੂ ਹੋਇਆ ਜਦੋਂ ਰੇਲ ਰੁਕੋ ਜਾਂ ਹੋਰ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਧਰਨੇ ਲੱਗੇ ਆ तकरीबन ਮੈਂ ਉਸ ਟਾਈਮ ਦਾ ਹੀ ਚੱਲਿਆ ਆ ਆਪਣੇ ਗੜ ਸ਼ੰਕਰ ਦੇ ਵਿੱਚ ਜਿੰਨੇ ਵੀ ਮਾਰਚ ਕੱਢੇ ਗਏ ਆ ਜਾਂ ਧਰਨੇ ਲਾਏ ਗਏ ਨੇ ਉਹਨਾਂ ਦੇ ਵਿੱਚ ਮੋਰੀ ਹੋ ਕੇ ਆਪਣਾ ਫਰਜ਼ ਨਿਭਾਇਆ ਜਦ ਕਿ ਜਿਹੜਾ ਮੇਰਾ ਕੀਤਾ ਮੈਂ ਇੱਕ ਪਹਿਲਵਾਨਾ ਰੈਸ਼ਨ ਅਕੈਡਮੀ ਚਲਾ ਰਿਹਾ ਆ ਮੇਰਾ ਕੀਤਾ ਪਹਿਲਵਾਨੀਆਂ ਪਰ ਮੇਰੇ ਵੱਡੇ ਬ੍ਰਦਰ ਜਾਂ ਮੇਰੇ ਰਿਸ਼ਤੇਦਾਰ ਖੇਤੀਬਾੜੀ ਨਾਲ ਜੁੜੇ ਹੋਇਆ ਖੇਤੀ ਕਰਦੇ ਆ ਮੈਂ ਵੀ ਕਿਸਾਨ ਦਾ ਪੁੱਤ ਹਾਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਇਹ ਮਨ ਬਣਾਇਆ ਪਈ ਮੈਂ ਇਹ ਜਿਹੜੇ ਸੰਘਰਸ਼ ਦੇ ਵਿੱਚ ਪੂਰਾ ਜੂਝ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਆ ਕਿਸਾਨਾਂ ਦੇ ਤੇ ਚੱਲੇ ਵੀ ਆ ਤੇ ਦਿੱਲੀ ਜਾ ਕੇ ਵੀ ਕਦੇ ਵੀ ਇਹ ਨਹੀਂ ਮਹਿਸੂਸ ਹੋਣ ਦਿੱਤਾ ਪਈ ਅਸੀਂ ਕਿਸਾਨਾਂ ਦੇ ਨਾਲ ਨਹੀਂ ਆ ਹਰ ਬੇਲੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ ਪਰ ਇਹ ਪਤਾ ਨਹੀਂ ਕਿਸਾਨਾਂ ਨੂੰ ਇਹ ਕੀ ਹੋ ਗਿਆ ਜਥੇਬੰਦੀਆਂ ਨੂੰ ਕੀ ਹੋਇਆ ਵੇ ਉੱਥੇ ਪਹੁੰਚਣ ਤੇ ਅੱਜ ਉਹ ਸਾਡੇ ਤੋਂ ਪੱਲਾ ਛਡਾ ਰਹੇ ਨੇ ਉਸ ਟਾਈਮ ਜਦੋਂ ਅਸੀਂ ਟਰੈਲੀਆਂ ਤਕਰੀਬਨ ਟਰੈਕਟਰ ਲੈ ਕੇ ਜਾਂਦੇ ਸੀ 2.5 300 ਦੇ ਕਰੀਬ ਅਸੀਂ ਆਪਣੇ ਹਲਕੇ ਜੋ ਟਰੈਕਟਰ ਟਰੈਲੀਆਂ ਲੈ ਕੇ ਗਏ ਆ ਉੱਥੇ ਪਹੁੰਚੇ ਆ 26 ਤਰੀਕ ਦੇ ਹੀ ਜਦੋਂ ਦਾ ਇਹ ਧਰਨਾ ਲੱਗਾ ਉਦੋਂ ਤੋਂ ਹੀ ਅਸੀਂ ਉੱਥੇ ਆ ਅੱਜ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਹੋ ਗਈ ਇਹ ਸਾਡੇ ਤੋਂ ਪੱਲਾ ਛਡਾ ਰਹੇ ਨੇ ਪਰ ਜਦੋਂ ਸ਼ਹੀਦ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀ ਉਸ ਗੱਲ ਨੂੰ ਤਾਂ ਜਦੋਂ ਭਗਤ ਸਿੰਘ ਸ਼ਹੀਦ ਹੋ ਗਿਆ ਉਸ ਗੱਲ ਨੂੰ ਤਾਂ ਬਹੁਤ ਵਧੀਆ ਮੰਨਦੇ ਆਂ ਆਹ ਪੇ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਸਰਕਾਰ ਦੇ ਬੋਲੇ ਕੰਨ ਖੋਲਣ ਦੇ ਲਈ ਇਹ ਭਗਤ ਸਿੰਘ ਨੇ ਸੈਂਬਲੀ ਚ ਬੰਬ ਸਿੱਟਿਆ ਬਹੁਤ ਵਧੀਆ ਗੱਲ ਕੀਤੀ ਆ ਕਿਸਾਨਾਂ ਨੇ ਨੌਜਵਾਨਾਂ ਨੇ ਵੀ ਉਹੀ ਕੰਮ ਭਗਤ ਸਿੰਘ ਵਾਲਾ ਹੀ ਕੀਤਾ ਆ ਸਰਕਾਰ ਦੇ ਕੰਨ ਖੋਲਣ ਦੇ ਲਈ ਇਹ ਜੋ ਕੇਸਰੀ ਝੰਡਾ ਜਾਂ ਕਿਸਾਨੀ ਝੰਡਾ ਚਲਾਇਆ ਆ ਇਹ ਝੰਡਾ ਚੁਲਾਣ ਦਾ ਕਾਰਨ ਇਹੀ ਹੈ ਵੀ ਸਰਕਾਰ ਦੇ ਕੰਨ ਖੁੱਲੇ ਗਏ ਆ ਇਹ ਸਾਡਾ ਆਪਣਾ ਦੇਸ਼ ਹੈ ਸਾਡਾ ਆਪਣਾ ਲਾਲ ਕਿਲਾ ਆ ਸਾਡਾ ਉਹਨਾਂ ਦੇ ਨਾਲ ਕੋਈ ਵੈਰ ਨਹੀਂ ਸਿਰਫ ਸਰਕਾਰ ਦੇ ਕੰਨ ਖੋਲਣ ਦੇ ਲਈ ਇਹ ਉੱਪਰ ਨਿਸ਼ਾਨ ਸਾਹਿਬ ਤੇ ਕਿ ਆਪਣਾ ਕਿਸਾਨੀ ਦਾ ਝੰਡਾ ਚੁਲਾਇਆ ਗਿਆ ਗਿੱਲ ਸਿੰਘ ਜੀ ਜਿਸ ਤਰ੍ਹਾਂ ਵੀ ਲਾਲ ਕਿਲੇ ਦੇ ਵੱਲ ਨੂੰ ਤੁਸੀਂ ਕੋਚ ਕੀਤਾ ਤੇ ਲਾਲ ਕਿਲੇ ਦੇ ਅੰਦਰ ਜਾ ਤੁਸੀਂ ਐਂਟਰ ਹੋਏ ਆ ਤਾਂ ਤੁਹਾਨੂੰ ਉੱਥੇ ਕਿਸੇ ਨੇ ਰੋਕਿਆ ਹੀ ਨਹੀਂ ਦੇਖੋ ਜਦੋਂ ਅਸੀਂ ਸਾਡਾ ਜਥਾ ਉੱਥੇ ਐਂਟਰ ਹੋਇਆ ਤਕਰੀਬਨ ਮੋਰੀ ਜਥੇ ਦੇ ਵਿੱਚ ਸੀਗੇ ਅਸੀਂ ਜਿਹੜਾ ਸਭ ਤੋਂ ਪਹਿਲਾਂ ਜਥਾ ਪਹੁੰਚਿਆ ਸਕਿਉਰਿਟੀ ਉੱਥੇ ਸੀ ਪਰ ਕਿਸੇ ਵੀ ਸਕਿਉਰਿਟੀ ਨੇ ਸਾਨੂੰ ਅੰਦਰ ਜਾਣ ਤੋਂ ਨਹੀਂ ਰੋਕਿਆ ਦੇਖੋ ਗੇਟ ਵੀ ਸਕਿਉਰਿਟੀ ਨਾਲ ਜਿਹੜਾ ਵੱਡਾ ਗੇਟ ਲੱਗਾ ਸੀ ਲਾਲ ਕਿਲੇ ਦਾ ਉਹ ਇੱਕ ਦੋ ਵਾਰੀ ਕਹਿਣ ਤੇ ਉਹਨੇ ਗੇਟ ਵੀ ਖੋਲ ਦਿੱਤਾ ਤੇ ਨੌਜਵਾਨ ਅੰਦਰ ਚਲੇ ਗਏ ਆ ਆਪ ਮਹਾਰੇ ਨੌਜਵਾਨ ਆਪਣੇ ਆਪਣੇ ਝੰਡੇ ਚੱਕ ਕੇ ਕੋਈ ਗੁੰਮਤੀਆਂ ਤੇ ਚੜ ਗਿਆ ਕੋਈ ਕਿਸੇ ਸਾਈਡ ਚੜ ਗਿਆ ਤੇ ਅਸੀਂ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਮੇਨ ਝੰਡਾ ਸੀ ਪਾਈਪ ਸੀ ਉਹਦੇ ਤੇ ਨਿਸ਼ਾਨ ਸਾਹਿਬ ਚੜਾਣ ਲਾ ਪਏ ਪਹਿਲਾਂ ਇੱਕ ਨੌਜਵਾਨ ਚੜਾਇਆ ਉਹਦ ਕੋ ਨਹੀਂ ਚੜਾਇਆ ਗਿਆ ਫਿਰ ਇੱਕ ਨਖ ਨਹੰਗ ਸਿੰਘ ਨੌਜਵਾਨ ਸੀ ਉਹਨੂੰ ਚੜਾਇਆ ਗਿਆ ਉਹਦ ਕੋ ਵੀ ਨਹੀਂ ਚੜਾਇਆ ਇਹ ਜਿਹੜਾ ਤੀਜਾ ਨੌਜਵਾਨ ਸੀ ਇਸ ਨੂੰ ਅਸੀਂ ਕੋਸ਼ਿਸ਼ ਕਰਕੇ ਉੱਪਰ ਤੱਕ ਚਾੜ ਕੇ ਇਹਨੇ ਉਸ ਪਾਈਪ ਤੇ ਨਿਸ਼ਾਨ ਸਾਹਿਬ ਚਲਾਇਆ ਤੇ ਕਿਸਾਨੀ ਦਾ ਝੰਡਾ ਵੀ ਵੱਖ-ਵੱਖ ਗੁਮਤਾਂ ਤੇ ਹੋਰ ਤਕਰੀਬਨ 50 ਤੋਂ 60 ਦੇ ਕਰੀਬ ਝੰਡੇ ਕਿਸਾਨੀ ਤੇ ਨਿਸ਼ਾਨ ਸਾਹਿਬ ਚੁਲਾਏ ਗਏ ਆ ਇਹ ਸਿਰਫ ਆਪ ਮਹਾਰੇ ਨੌਜਵਾਨਾਂ ਨੇ ਚੁਲਾਏ ਆ ਤੇ ਉੱਥੇ ਦੀਪ ਸਿੱਧੂ ਵੀ ਸੀ ਦੀਪ ਸਿੱਧੂ ਵੀ ਇਸ ਦੂਈ ਮਹਿਮਦੇ ਦੇ ਵਿੱਚ ਪੂਰਾ ਮੋਢੇ ਨਾਲ ਮੋਢਾ ਲਾ ਕੇ ਨੌਜਵਾਨਾਂ ਨਾਲ ਕਿਸਾਨਾਂ ਨਾਲ ਚੱਲ ਰਿਹਾ ਸੀ ਤਕਰੀਬਨ ਜਿੱਦਣ ਦਾ ਪਹਿਲਾਂ ਉਹਨੂੰ ਸ਼ੰਭੂ ਮੋਰਚਾ ਸ਼ੁਰੂ ਕੀਤਾ ਸ਼ੰਭੂ ਮੋਰਚੇ ਜੀ ਵੀ ਬਹੁਤ ਤਕਰੀਬਨ ਪੰਜਾਬ ਤੇ ਪਹਿਲੇ ਨੰਬਰ ਦਾ ਆਇਆ ਸ਼ੰਭੂ ਮੋਰਚਾ ਸੀ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਿਆ ਤੇ तकरीबन तकरीबन ਸ਼ੰਭੂ ਮੋਰਚੇ ਵੱਲ ਦੇਖ ਕੇ ਹਰ ਨੌ ਕਿਸਾਨਾਂ ਨੇ ਨੌਜਵਾਨਾਂ ਨੇ ਆਪਣੇ ਆਪਣੇ ਇਲਾਕਿਆਂ ਚ ਪੈਟਰੋਲ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਟੂਲ ਪਲਾਜਾਂ ਤੇ ਜਾਨੀ ਧਰਨੇ ਲਾਏ ਤੇ ਉੱਤੇ ਵੀ तकरीबन 26 ਤਰੀਕ ਤੋਂ ਦੀਪ ਸਿੱਧੂ ਬਹੁਤ ਵਧੀਆ ਨੌਜਾਨਾਂ ਨਾਲ ਲੈ ਕੇ ਕੰਮ ਕਰ ਰਿਹਾ ਪਰ ਜਥੇਬੰਦੀਆਂ ਨੂੰ ਪਤਾ ਨਹੀਂ ਕੀ ਇਤਰਾਜ ਆ ਇਹ ਜਿਹੜੀ ਬਾਗਡੋਰ ਕਿਤੇ ਇਹ ਲੱਖਾ ਸਦਾਨਾ ਜਾਂ ਦੀਪ ਸਿੱਧੂ ਆਪਣੇ ਹੱਥਾਂ ਚ ਨਾ ਲੈ ਲੈਣ ਇਸ ਗੱਲ ਦਾ ਡਰ ਦੇ ਕਾਰਨ ਇਹ ਨੌਜਵਾਨਾਂ ਨੂੰ ਵੀ ਸਹੀ ਪਾਸੇ ਨਹੀਂ ਚੱਲਣ ਦਿੰਦੇ ਹੈਗੇ ਜਿਹੜੇ ਆਪਣੀ ਕਿਸਾਨ ਜਥੇਬੰਦੀਆਂ ਮੈਂ ਕਿਸਾਨ ਜਥੇਬੰਦੀਆਂ ਨੂੰ ਇਹ ਕਹਿਣਾ ਚਾਹਨਾ ਪਈ ਜੇ ਅਸੀਂ ਇਹ ਜੰਗ ਜਿੱਤਣੀ ਆ ਤੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲੀਏ ਤਾਂ ਹੀ ਇਹ ਜਿਹੜਾ ਅਸੀਂ ਮੋਰਚਾ ਜਿੱਤ ਸਕਦੇ ਆ ਜੇ ਤੁਸੀਂ ਕਿਸਾਨ ਜਥੇਬੰਦੀਆਂ ਨੇ ਤਕਰੀਬਨ 5 ਤੋਂ 7 ਲੱਖ ਦੇ ਟਰੈਕਟਰ ਕਰੀਬ ਸੱਦੇ ਸੀ ਉਹਨਾਂ ਟਰੈਕਟਰਾਂ ਨੂੰ ਸਾਂਭਣ ਦੇ ਲਈ ਇੱਕ ਵੱਖਰੀ ਵਿਉਂਤਬੰਦੀ ਬਣਾਣੀ ਚਾਹੀਦੀ ਸੀ ਪਈ ਜਿਹੜੇ ਨੌਜਵਾਨ ਆ ਤਕਰੀਬਨ ਦੇਖੋ ਮੁਰਤਲ ਤੱਕ ਜਿਹੜਾ ਇਹ ਸਿੰਘੂ ਬਾਰਡਰ ਸੀ ਮੁਰਤਲ ਤੋਂ ਵੀ ਅੱਗੇ ਤੱਕ ਇਹ ਟਰੈਕਟਰਾਂ ਦੀ ਲਾਈਨ ਸੀ ਜਿੱਥੇ ਟਰੈਕਟਰ ਖੜੇ ਸੀ ਨੌਜਵਾਨ ਇੱਕ ਇੱਕ ਟਰੈਕਟਰ ਦੇ ਮਗਰ ਬੰਨ ਮੰਨ ਕੇ ਤਿੰਨ ਤਿੰਨ ਚਾਰ ਚਾਰ ਟਰੈਕਟਰ ਲੈ ਕੇ ਗਏ ਸੀ ਉਹ ਟਰੈਕਟਰ ਜਿੱਥੇ ਖੜੇ ਸੀ ਉੱਥੇ ਹੀ ਖੜੇ ਰਹਿ ਗਏ ਇਹਨਾਂ ਦੇ ਕਿਸਾਨਾਂ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਸੀ ਜੇ ਅਸੀਂ ਇਹਨਾਂ ਨੂੰ ਸੱਦਿਆ ਤੇ ਅਸੀਂ ਇਹਨਾਂ ਨੂੰ ਪ੍ਰਿੰਟ ਵਿੱਚ ਸ਼ਾਮਲ ਕਰੀਏ ਇਹਨਾਂ ਨੂੰ ਪ੍ਰਿੰਟ ਵਿੱਚ ਸ਼ਾਮਲ ਕਰਨ ਲਈ ਸਾਨੂੰ ਕੋਈ ਵੀ ਉਹਤਬੰਦੀ ਬਣਾਣੀ ਚਾਹੀਦੀ ਸੀ ਇਹ ਜਿਹੜਾ ਨੌਜਵਾਨਾਂ ਦੇ ਢੜਕਣ ਦਾ ਕਾਰਨ ਲਾਲ ਕਿਲੇ ਤੇ ਜਾ ਕੇ ਕੇਸਰੀ ਤੇ ਕਿਸਾਨੀ ਦਾ ਝੰਡਾ ਲਹਿਰਾਉਣ ਦਾ ਕਾਰਨ ਹੀ ਇਹ ਬਣਿਆ ਪੇ ਨੇ ਕਿਸਾਨ ਜਥੇਬੰਦੀਆਂ ਨੇ ਨੌਜਵਾਨਾਂ ਦਾ ਹੱਥ ਨਹੀਂ ਫੜਿਆ ਨੌਜਵਾਨਾਂ ਨੂੰ ਸੱਦ ਤਾਂ ਲਿਆ ਪਰ ਜਦੋਂ ਅਸੀਂ ਕਿਸੇ ਨੂੰ ਆਪਣੇ ਵਿਆਹ ਤੇ ਜਾਂ ਅਸੀਂ ਪ੍ਰੋਗਰਾਮ ਤੇ ਸੱਦੀਏ ਸਾਨੂੰ ਉਸ ਜਿੰਨੇ ਵੀ ਸੱਦੀਏ ਉਨਾਂ ਨੂੰ ਸਾਹਮਣ ਦਾ ਵੀ ਬੰਦੋਬਸਤ ਹੋਣਾ ਜ਼ਰੂਰੀ ਹੈ ਇਹ ਸਿਰਫ ਜੋ ਵੀ ਇਹ ਕਾਰਨ ਹੋਇਆ ਇਹ ਜਥੇਬੰਦੀਆਂ ਜ਼ਿੰਮੇਵਾਰ ਵਾ ਹੋਰ ਕੋਈ ਜ਼ਿੰਮੇਵਾਰ ਨਹੀਂ ਨਾ ਦੀਪ ਸਿੱਧੂ ਜਾਂ ਨਾ ਲਖਸਦਣਾ ਨਾ ਕੋਈ ਹੋਰ ਸਿਰਫ ਜਥੇਬੰਦੀਆਂ ਜ਼ਿੰਮੇਵਾਰ ਆ ਜ਼ਿੰਮੇਵਾਰ ਇਸੇ ਗੱਲ ਕਰਕੇ ਆਪ ਇਹ ਨਹੀਂ ਸੱਦਾ ਦਿੱਤਾ 26 ਤਰੀਕ ਦਾ ਪਏ ਅਸੀਂ ਲਾਲ ਕਿਲੇ ਤੇ ਮਾਰਚ ਕਰਨ ਆਇਆ ਲਾਲ ਕਿਲੇ ਤੇ ਅਸੀਂ ਪਰੇਡ ਕਰਨੀ ਆ ਇਹ ਨਹੀਂ ਕੁਛ ਵੀ ਬਿਉਂਤਬੰਦੀ ਕੁਛ ਨਹੀਂ ਬਣਾਈ ਕੋਈ ਸਿਸਟਮ ਨਹੀਂ ਬਣਾਇਆ ਇਸ ਇਹੀ ਕਾਰਨਾਂ ਜੋ ਕਿ ਅੱਜ ਜਿੰਨੇ ਵੀ ਨੌਜਵਾਨਾਂਾਂ ਨੌਜਵਾਨਾਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਆ ਜਾਂ ਦਿੱਲੀ ਪੁਲਿਸ ਕੇਸ ਪਾ ਰਹੀ ਨੌਜਵਾਨਾਂ ਦੇ ਜੇ ਕਿਸਾਨ ਜਥੇਬੰਦੀਆਂ ਇਹਨਾਂ ਨੌਜਵਾਨਾਂ ਦਾ ਸਾਥ ਦਿੰਨੀਆਂ ਤਾਂ ਇਹ ਜਿਹੜਾ ਹੱਲ ਹੋ ਸਕਦਾ ਹੈ ਵੀ ਨੌਜਵਾਨਾਂ ਤੇ ਕੇਸ ਨਹੀਂ ਪੈ ਸਕਦੇ ਫਿਰ ਜਿਸ ਤਰ੍ਹਾਂ ਲਾਲ ਕਿਲੇ ਤੋਂ ਲਾਲ ਕਿਲੇ ਦੇ ਉੱਪਰ ਜਿਹੜੀ ਝੜਪ ਹੋਈ ਆ ਪੁਲਿਸ ਦੇ ਨਾਲ ਤੇ ਉੱਥੇ ਗੋਲੀ ਵੀ ਸੌਂਡ ਵਿੱਚ ਆਵੇ ਗੋਲੀ ਵੀ ਚੱਲੀ ਆ ਵੀ ਉਹਦੇ ਬਾਰੇ ਦੱਸੋ ਵੀ ਝੜਪ ਜਦੋਂ ਝੰਡੇ ਕਿਸਾਨੀ ਦਾ ਝੰਡਾ ਤੇ ਆਪਣਾ ਨਿਸ਼ਾਨ ਸਾਹਿਬ ਉਥੇ ਚਲਾਉਂਦੇ ਸੀ ਉਹ ਤੋਂ 1 ਘੰਟਾ ਬਾਅਦ ਕੁਝ ਨੌਜਵਾਨ ਆਪਸ ਵਿੱਚ ਜਿੱਦਾਂ ਅੰਦਰ ਜਾਣਾ ਚਾਹੁੰਦੇ ਸੀ ਵੀ ਅਸੀਂ ਬਾਰ-ਬਾਰ ਦੇਖਣ ਦੇ ਲਈ ਪਿਆ ਹਾਂ ਨਿਸ਼ਾਨ ਸਾਹਿਬ ਕਿੱਥੇ ਝੜਿਆ ਕਿਸਾਨੀ ਦਾ ਝੰਡਾ ਕਿੱਥੇ ਚੜ੍ਹਿਆ ਗਿਆ ਉਸ ਵੇਲੇ ਇਹ ਆਪਣੇ ਜਿਹੜੀ ਸਾਡੀ ਉਥੇ ਫੋਰਸ ਲੱਗੀ ਸੀ ਉਹ ਰੋਕਦੀ ਸੀ ਉਹਦੇ ਰੋਕਣ 'ਚ ਉਹਨੇ ਲਾਠੀ ਚਾਰਜ ਕਰ ਦਿੱਤਾ ਲਾਠੀ ਚਾਰਜ ਤਕਰੀਬਨ ਜਿਹੜੇ ਸਾਡੇ ਨੌਜਵਾਨ ਆ ਮੋਰਮੋਰੇ ਪੱਜਦੇ ਸੀ ਵੀ ਕੁਝ ਨੌਜਵਾਨਾਂ ਨੇ ਡੰਡਾ ਸੋਟਾ ਚੱਕ ਕੇ ਨਾਲ ਆਪਸ ਵਿੱਚ ਜਿੱਦਾਂ ਇਹਨਾਂ ਦਾ ਹੋਇਆ ਤੇ ਮੁਲਾਜ਼ਮਾਂ ਦੇ ਵੀ ਕੁਝ ਸੱਟਾਂ ਲੱਗੀਆਂ ਤੇ ਨੌਜਵਾਨਾਂ ਦੇ ਵੀ ਸੱਟਾਂ ਲੱਗੀਆਂ ਉਸ ਟਾਈਮ ਹੀ ਗੋਲੀ ਵੀ ਉੱਥੇ ਚੱਲੀ ਆ ਤੇ ਨੁਕਸਾਨ ਹੋਇਆ ਨੌਜਵਾਨ ਇੱਕ ਉੱਥੇ ਸ਼ਹੀਦ ਵੀ ਹੋਇਆ ਤੇ ਇੱਕ ਨੌਜਵਾਨ ਦੇ ਗੋਲੀ ਪੱਟ ਤੇ ਵੀ ਵੱਜੀ ਆ ਤੇ ਬਾਕੀ ਜਿਹੜੇ ਸਾਡੇ ਆਪਣੇ ਫੌਜੀ ਭਰਾ ਸੀ ਉਹ ਤਕਰੀਬਨ ਜਦੋਂ ਝਗੜਾ ਹੋ ਗਿਆ ਤੇ ਅਸੀਂ ਨੌਜਵਾਨਾਂ ਕੋਲੋਂ ਫੌਜੀਆਂ ਨੂੰ ਛੜਾਇਆ ਆਪ ਜਿੰਨੇ ਜਿਹੜੇ ਸਿਆਣੇ ਬੰਦੇ ਸੀ ਮੁਰੇ ਹੋ ਕੇ ਅਸੀਂ ਨੌਜਵਾਨਾਂ ਨੂੰ ਰੋਕਦੇ ਸੀ ਵੀ ਨਹੀਂ ਇਹ ਸਾਡੇ ਆਪਣੇ ਭਰਾਏ ਇਹਨਾਂ ਦੇ ਨਾਲ ਆਪਾਂ ਨਹੀਂ ਲੜਨਾ ਅਸੀਂ ਰੋਕਿਆ ਆ ਤੇ ਮੁੜ ਕੇ ਜਦੋਂ ਨੌਜਵਾਨ ਪਿੱਛੇ ਠਾਹਤੇ ਸੀ ਉਸ ਤੋਂ ਬਾਅਦ ਘੰਟੇ ਅੱਧੇ ਘੰਟੇ ਬਾਅਦ ਜਿਹੜੇ ਵਾਕਏ ਆਪਣੇ ਮਲਾਜ਼ਮ ਉੱਥੇ ਨਾਲੇ ਕੋਈ ਸੀ ਕੰਟੀਨ ਵਗੈਰਾ ਜਾਂ ਕੋਈ ਸੀ ਰੈਸ ਅਸੀਂ ਉਹਦੇ ਵਿੱਚੋਂ ਕੱਢ ਕੇ ਆਪਣੇ ਫੌਜੀ ਵੀਰਾਂ ਨੂੰ ਉਤੋਂ ਬਾਹਰ ਵੀ ਕੱਢਿਆ ਵੀ ਨੌਜਵਾਨ ਇਹਨਾਂ ਦੇ ਨਾਲ ਨਾ ਲੜਨ ਤੇ ਹੋਈ ਆ ਆਸ ਵਿੱਚੀ ਟਕਰਾਵਾ ਜੀ ਤਾਂ ਹੋਈ ਆ ਜਿਹਦੇ ਵਿੱਚ ਫੌਜੀ ਭਰਾਵਾਂ ਦੇ ਵੀ ਸੱਟਾਂ ਲੱਗੀਆਂ ਤੇ ਕਿਸਾਨ ਵੀਰਾਂ ਦੇ ਵੀ ਸੱਟਾਂ ਲੱਗੀਆਂ ਨੌਜਵਾਨਾਂ ਦੇ ਸੱਟਾਂ ਲੱਗੀਆਂ ਤੋਂ ਇਹ ਸਗੇ ਸਰਦਾਰ ਭਗੇਲ ਸਿੰਘ ਗੜਸ਼ੰਕਰ ਤੋਂ ਜੋ ਕਿ ਜਦ 26 ਜਨਵਰੀ ਨੂੰ ਲਾਲ ਕਿਲੇ ਦੇ ਉੱਪਰ ਝੰਡਾ ਲਹਿਰਾਇਆ ਤੇ ਜੋ ਕਿਸਾਨਾਂ ਦਾ ਹਜੂਮ ਉੱਥੇ ਨੌਜਵਾਨ ਮੌਜੂਦ ਸਗੇ ਤੇ ਇਹ ਵੀ ਉੱਥੇ ਮੌਜੂਦ ਸਗੇ ਇਹਨਾਂ ਨੇ ਉੱਥੇ ਦਾ ਅਖੀ ਡਿਠਾ ਹਾਲ ਸਾਰਾ ਕੋ ਦੱਸਿਆ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦੀ